ਕਿਸੇ ਨਗਰ ਵਿੱਚ ਇੱਕ ਕਿਸਾਨ ਆਪਣੀ ਪਤਨੀ ਅਤੇ ਆਪਣੇ ਬੱਚਿਆਂ ਦੇ ਨਾਲ ਰਿਹਾ ਕਰਦਾ ਸੀ। ਕਹਿੰਦੇ ਸਵੇਰ ਤੋਂ ਸ਼ਾਮ ਉਹਨੇ ਕਮਾਈ ਕਰਿਆ ਕਰਨੀ, ਖੇਤਾਂ ਦੇ ਵਿੱਚ ਜਾ ਕੇ ਉਹਨੇ ਖੂਬ ਮਿਹਨਤ ਕਰਿਆ ਕਰਨੀ, ਪਰ ਕਹਿੰਦੇ ਉਹਨੂੰ ਥੋੜ੍ਹੇ ਬਹੁਤ ਹੀ ਪੈਸੇ ਬਚਿਆ ਕਰਦੇ ਸਨ। ਕਹਿੰਦੇ ਉਹ ਹਰ ਵਕਤ ਸੋਚਦਾ ਸੀ ਵੀ ਮੈਂ ਇੰਨੀ ਕੁ ਧਨ ਰਾਸ਼ੀ ਇਕੱਠੀ ਕਰ ਲਾਂ ਕਿ ਬੁਢਾਪੇ ਸਮੇਂ ਕਹਿ ਸਕਾਂ ਕਿ ਮੈਂ ਆਪ ਕਮਾਈਏ। ਕਹਿੰਦੇ ਉਹਨੇ ਜੋ ਵੀ ਕਮਾਇਆ ਕਰਨਾ, ਕਹਿੰਦੇ ਉਹਦੇ ਵਿੱਚੋਂ ਕੁਝ ਧਨ ਰਾਸ਼ੀ ਉਹਨੇ ਅਲੱਗ ਤੋਂ ਰੱਖ ਲਿਆ ਕਰਨੀ। ਕਹਿੰਦੇ ਹੌਲੀ ਹੌਲੀ ਜਿਹੜੇ ਉਹਨੇ ਇੰਨੇ ਕੁ ਪੈਸੇ ਇਕੱਠੇ ਕਰ ਲਏ ਵੀ ਕਹਿੰਦੇ ਜੋ ਉਹਦਾ ਬੁਢਾਪਾ ਸੌਖੇ ਤਰੀਕੇ ਨਾਲ ਲੰਘ ਸਕਦਾ ਸੀ। ਕਹਿੰਦੇ ਉਹਨੇ ਨਾ ਇੱਕ ਜਦੋਂ 400 ਕਹਿੰਦੇ ਸੋਨੇ ਦੀਆਂ ਮੋਹਰਾਂ ਇਕੱਠੀਆਂ ਕਰ ਲਈਆਂ ਨਾ, ਅਤੇ ਸੋਚਣ ਲੱਗਾ ਹੁਣ ਕਿੱਥੇ ਰੱਖੀਆਂ ਜਾਣ। ਕਹਿੰਦੇ ਦਰਜੀ ਤੋਂ ਨਾ ਇੱਕ ਪੋਟਲੀ ਸਵਾ ਕੇ ਲੈ ਕੇ ਆਇਆ ਅਤੇ ਉਹਦੇ 'ਚ ਗਿਣ ਕੇ ਮੋਹਰਾਂ ਪਾ ਦਿੱਤੀਆਂ। ਕਹਿੰਦੇ ਘਰ ਦੇ ਵਿੱਚ ਕੋਨੇ 'ਚ ਦੱਬ ਕੇ ਅਤੇ ਰੱਖ ਦਿੱਤੀਆਂ। ਕਹਿੰਦੇ ਕੁਝ ਸਮੇਂ ਬਾਅਦ ਸੋਚਣ ਲੱਗਾ ਵੀ ਮੇਰੇ ਸਾਰੇ ਰਿਸ਼ਤੇਦਾਰ ਮੈਨੂੰ ਆਪਣੇ ਘਰ ਕਦੀ ਨਾ ਕਦੀ ਬੁਲਾਉਂਦੇ ਨੇ, ਪਰ ਮੈਂ ਸਾਰੀ ਜ਼ਿੰਦਗੀ ਕਿਸੇ ਨੂੰ ਵੀ ਆਪਣੇ ਘਰ ਨਹੀਂ ਬੁਲਾਇਆ। ਕਹਿੰਦੇ ਕਿਉਂ ਨਾ ਮੈਂ ਸਾਰਿਆਂ ਨੂੰ ਆਪਣੇ ਘਰ, ਹੁਣ ਮੇਰੇ ਕੋਲ ਇੰਨੀ ਧਨ ਰਾਸ਼ੀ ਹੈ ਕਿ ਮੈਂ ਉਹਨਾਂ ਨੂੰ ਇੱਕ ਸਮੇਂ ਦਾ ਪ੍ਰਸ਼ਾਦਾ ਪਾਣੀ ਖਵਾ ਸਕਦਾ। ਕਹਿੰਦਾ ਇਹੀ ਸੋਚ ਕੇ ਅਤੇ ਕਹਿੰਦੇ ਉਹਨੇ ਉਹ ਪੋਟਲੀ ਦੇ ਵਿੱਚੋਂ ਕੁਝ ਮੋਹਰਾਂ ਕੱਢੀਆਂ ਅਤੇ ਕਹਿੰਦੇ ਬਾਜ਼ਾਰ ਵਿੱਚੋਂ ਸਮਾਨ ਲੈਣ ਲਈ ਚਲਾ ਗਿਆ। ਕਹਿੰਦੇ ਜਦੋਂ ਸਮਾਨ ਲੈਣ ਲਈ ਜਾਣ ਦਿਆ ਸੀ ਨਾ, ਉਸ ਤੋਂ ਪਹਿਲਾਂ ਹਜੇ ਘਰ ਸੀ ਅਤੇ ਕਹਿੰਦੇ ਇੱਕੋ ਦਮ ਜਦੋਂ ਕਿਸੇ ਬਾਹਰੋਂ ਆਵਾਜ਼ ਲਗਾਈ, ਹੁਣ ਉਹਦੇ ਮਨ 'ਚ ਸੀ ਵੀ ਕੋਈ ਮੈਨੂੰ ਨਾ ਇਹ ਮੋਹਰਾਂ ਲੈਂਦੇ ਨਾ ਦੇਖ ਲਏ। ਕਹਿੰਦੇ ਲੰਘ ਘਰੋਂ ਬਾਹਰ ਨਿਕਲਦੇ ਸਮੇਂ ਨਾ ਉਹਨੇ ਇੱਕ ਘੜੇ ਪਿਆ ਸੀ ਘਰ ਦੇ ਨਾਲ, ਕਹਿੰਦੇ ਪਹਿਲਾਂ ਘੜਿਆਂ 'ਚ ਸਮਾਨ ਰੱਖਿਆ ਜਾਂਦਾ ਸੀ। ਕਹਿੰਦੇ ਉਹਨੇ ਉਹ ਪੋਟਲੀ ਚੁੱਕ ਕੇ ਅਤੇ ਵਿੱਚ ਵਗਾ ਦਿੱਤੀ। ਘਰ ਵਾਲੀ ਨੂੰ ਕਿਹਾ ਮੇਰੇ ਆਉਣ ਤੋਂ ਪਹਿਲਾਂ ਪ੍ਰਸ਼ਾਦਾ ਪਾਣੀ ਤਿਆਰ ਕਰ ਲਈ। ਕਹਿੰਦੇ ਹੁਣ ਨਾ ਪ੍ਰਸ਼ਾਦਾ ਪਾਣੀ ਬਣਾਉਣਾ ਸੀ। ਕਹਿੰਦੇ ਉਹਨਾਂ ਦੇ ਨਗਰ ਦਾ ਨਾ ਇੱਕ ਕਸਾਈ ਸੀ, ਕਹਿੰਦੇ ਪਹਿਲਾਂ ਪਾਣੀ ਦੂਰੋਂ ਲੈ ਕੇ ਆਇਆ ਕਰਦੇ ਸਨ ਅਤੇ ਲੋਕ ਇੱਕ ਦੂਜੇ ਦੀ ਮਦਦ ਵੀ ਕਰਦੇ ਆ ਕਰਦੇ ਸਨ। ਕਹਿੰਦੇ ਇਹਦੇ ਬੱਚੇ ਛੋਟੇ ਸਨ। ਕਹਿੰਦੇ ਇਹਨੇ ਉਸ ਕਸਾਈ ਨੂੰ ਉਹ ਰਾਹ ਵੱਲ ਜਾਂਦੇ ਹੋਏ ਦੇਖਿਆ, ਪੁੱਛਿਆ ਤੁਸੀਂ ਕਿੱਥੇ ਜਾ ਰਹੇ ਹੋ? ਉਹਨੇ ਕਿਹਾ ਮੈਂ ਬਾਜ਼ਾਰ ਜਾ ਰਿਹਾ। ਉਹਨੇ ਕਿਹਾ ਜੇਕਰ ਆਉਂਦੇ ਸਮੇਂ ਮੇਰੇ ਲਈ ਪਾਣੀ ਲਿਆ ਸਕਦੇ ਆ? ਉਹਨੇ ਕਿਹਾ ਜੀ ਜ਼ਰੂਰ। ਉਹਨੂੰ ਕੜਾ ਦੇ ਕੇ ਅਤੇ ਆਪ ਅੰਦਰ ਨਿੱਕੇ ਨਿੱਕੇ ਕੰਮ ਕਰਨ ਲਈ ਚਲੀ ਗਈ। ਕਹਿੰਦੇ ਅੱਧੇ ਕੁ ਰਸਤੇ ਜਦੋਂ ਉਹ ਗਿਆ ਨਾ, ਉਹਨੇ ਦੇਖਿਆ ਵੀ ਇਹ ਘੜੇ ਦੇ ਵਿੱਚ ਕੁਝ ਹੈ, ਮੈਨੂੰ ਮਹਿਸੂਸ ਹੋ ਰਿਹਾ। ਉਹਨੇ ਕੜਾ ਸਿਰ ਤੋਂ ਥੱਲੇ ਲਾ ਕੇ ਜਦੋਂ ਦੇਖਿਆ ਤਾਂ ਵਿੱਚ ਦੇਖਦਾ ਹੈ ਵੀ ਵਿੱਚ ਸੋਨੇ ਦੀਆਂ ਮੋਹਰਾਂ ਜਿਹੜੀਆਂ ਸਨ ਉਹ ਪੋਟਲੀ ਦੇ ਵਿੱਚ ਸਨ। ਹੁਣ ਉਹ ਸੋਚਦਾ ਹੈ ਕਿ ਮੈਂ ਉਹਨੂੰ ਵਾਪਸ ਕਰਦਾ, ਮੈਂ ਉਹਦਾ ਗਵਾਂਢੀ ਵੀ ਹਾਂ। ਅਤੇ ਕਹਿੰਦੇ ਫਿਰ ਉਹ ਸੋਚਦਾ ਹੈ ਵੀ ਜੇਕਰ ਉਹਨੂੰ ਪਤਾ ਹੁੰਦਾ ਵਿੱਚ ਸੋਨੇ ਦੀਆਂ ਮੋਹਰਾਂ ਨੇ ਤਾਂ ਉਹਨੇ ਮੈਨੂੰ ਕੜਾ ਨਹੀਂ ਸੀ ਦੇਣਾ। ਹੁਣ ਉਹ ਕੀ ਕਰਦਾ ਹੈ ਵੀ ਉਹ ਸੋਨੇ ਦੀ ਮੋਹਰਾਂ ਦੀ ਪੋਟਲੀ ਜਿਹੜੀ ਹੈ ਉਹ ਆਪਣੇ ਦਬ ਦੇ ਨਾਲ ਲਾ ਕੇ ਅਤੇ ਜਿਹੜੇ ਕੰਮ ਲਈ ਜਾ ਰਿਹਾ ਹੁੰਦਾ ਉੱਥੇ ਜਾਂਦਾ। ਸੋਚਦਾ ਹੈ ਇਹ ਪੈਸੇ ਮੈਂ ਔਖੇ ਸਮੇਂ ਵਰਤ ਲਵਾਂਗਾ, ਹੁਣ ਜਿਹੜੇ ਪੈਸੇ ਕੋਲ ਨੇ ਅਤੇ ਉਹ ਲੈ ਕੇ ਚੱਲਦਾ। ਕਹਿੰਦਾ ਕਸਾਈ ਦਾ ਕੰਮ ਕਰਦਾ ਸੀ, ਬਾਜ਼ਾਰ 'ਚ ਜਾ ਕੇ ਅਤੇ ਇੱਕ ਬੱਕਰਾ ਖਰੀਦ ਕੇ ਅਤੇ ਲੈ ਆਇਆ। ਕਹਿੰਦੇ ਉੱਧਰ ਪਾਣੀ ਦਾ ਘੜਾ ਭਰ ਕੇ ਅਤੇ ਨਾਲ ਲੈ ਕੇ ਆਇਆ। ਕਹਿੰਦੇ ਹੁਣ ਸੋਚਦਾ ਹੈ ਵੀ ਜੇਕਰ ਇਹ ਮੋਹਰਾਂ ਜਿਹੜੀਆਂ ਨੇ ਮੈਂ ਐਵੇਂ ਲੈ ਕੇ ਗਿਆ ਅਤੇ ਮੇਰੇ ਜਿਹੜੇ ਇਹਦਾ ਰੰਗ ਆ, ਕੱਪੜੇ ਇੰਨੇ ਕੁ ਪਾਏ ਹੋਏ ਨੇ, ਇਹ ਮੇਰੇ ਕੋਲ ਦਿਖ ਜਾਣੀਆਂ ਨੇ, ਕਿਸੇ ਨਾ ਕਿਸੇ ਤਰੀਕੇ ਇਹ ਮੈਂ ਇਸ ਬੱਕਰੇ ਨੂੰ ਖਵਾ ਦਾਂ ਅਤੇ ਕੱਲ੍ਹ ਜਦੋਂ ਇਸ ਨੂੰ ਬੱਕਰੇ ਦਾ ਮੈਂ ਜਦੋਂ ਬੱਕਰੇ ਦੇ ਕੋਲੋਂ ਇਹ ਵਾਪਸ ਲੈ ਲਵਾਂਗਾ ਕਿਸੇ ਨਾ ਹੀਲੇ ਵਸੀਲੇ। ਹੁਣ ਕੀ ਕਰਦਾ ਉਹ ਬੱਕਰੇ ਨੂੰ ਉਹਦੇ ਮੂੰਹ 'ਚ ਔਖੇ ਤਰੀਕੇ ਨਾਲ ਉਹਨੂੰ ਖਵਾ ਦਿੰਦਾ। ਕਹਿੰਦੇ ਜਾ ਕੇ ਘੜਾ ਪਾਣੀ ਦਾ ਉਹਨੂੰ ਦੇ ਦਿੱਤਾ ਅਤੇ ਬੱਕਰਾ ਘਰ ਜਾ ਕੇ ਅਤੇ ਬੰਨ ਦਿੱਤਾ ਅਤੇ ਆਪ ਕਿਸੇ ਕੰਮ ਲਈ ਚਲਾ ਗਿਆ। ਕਹਿੰਦੇ ਉੱਧਰੋਂ ਉਹੀ ਕਿਸਾਨ ਉਹ ਆਪਣੇ ਘਰ ਨੂੰ ਵਾਪਸ ਲਗਾ ਆਉਣ ਦਿਆ ਸੀ। ਆ ਕੇ ਦੇਖਦਾ ਹੈ ਵੀ ਮੈਂ ਆਪਣੇ ਬੜੇ ਸਾਰੇ ਰਿਸ਼ਤੇਦਾਰਾਂ ਨੂੰ ਬੁਲਾਇਆ ਹੋਇਆ ਅਤੇ ਦੇਖਦਾ ਵੀ ਇੰਨਾ ਸੋਹਣਾ ਬੱਕਰਾ ਬੰਨਿਆ ਹੋਇਆ, ਇੱਥੇ ਹੱਟਾ ਕੱਟਾ ਅਤੇ ਇੰਨਾ ਵੱਡਾ ਹੈ। ਜਾ ਕੇ ਅਤੇ ਆਵਾਜ਼ ਲਗਾਉਂਦਾ, ਉਸੇ ਕਸਾਈ ਦਾ ਪੁੱਤ ਬਾਹਰ ਆਉਂਦਾ। ਉਹਨੂੰ ਕਿਹਾ ਵੀ ਇਹ ਕਿੰਨੇ ਦਾਮ ਦਾ ਅਤੇ ਤੁਸੀਂ ਵੇਚਣਾ ਚਾਹੁੰਦੇ ਹੋ? ਹੁਣ ਉਹਨੇ ਉਹਦੇ ਪਿਤਾ ਜੀ ਨੇ ਜਿੰਨੇ ਦਾ ਖਰੀਦਿਆ ਸੀ ਉਹਨੇ ਦੁੱਗਣਾ ਭਾਅ ਦੱਸਤਾ।
ਉਹਨੇ ਦੁੱਗਣਾ ਭਾਅ ਦੇ ਕੇ ਤੇ ਖਰੀਦ ਲਿਆ। ਮੁੰਡਾ ਬੜਾ ਖੁਸ਼ ਹੋਇਆ ਵੀ ਮੈਂ ਦੁੱਗਣੇ ਭਾਅ ਦੇ ਵਿੱਚ ਵੇਚ ਦਿੱਤਾ। ਉਹ ਬੱਕਰੇ ਨੂੰ ਲੈ ਕੇ ਘਰ ਆ ਕੇ ਤੇ ਉਹਨੇ ਬੰਨ ਦਿੱਤਾ। ਕਹਿੰਦੇ ਘਰ ਆ ਕੇ ਤੇ ਆਪਣੀ ਪਤਨੀ ਨੂੰ ਪੁੱਛਦਾ ਵੀ ਐਵੇਂ ਮੈਂ ਤੈਨੂੰ ਪ੍ਰਸ਼ਾਦਾ ਪਾਣੀ ਬਣਾਉਣ ਲਈ ਕਿਹਾ ਸੀ, ਤੂੰ ਬਣਾਤਾ? ਕਹਿੰਦੀ ਹਾਂ ਬਣਾਤਾ। ਉਹ ਦੇਖਦਾ ਵੀ ਉਸ ਥਾਂ 'ਤੇ ਘੜਾ ਨਹੀਂ ਹੈਗਾ। ਉਹ ਪੁੱਛਦਾ ਘੜਾ ਕਿੱਥੇ? ਕਹਿੰਦੀ ਉਹ ਤਾਂ ਮੈਂ ਪਾਣੀ ਭਰਨ ਲਈ ਪਾਣੀ ਭਰਨ ਗਈ ਸੀ ਅਤੇ ਪਾਣੀ ਭਰ ਕੇ ਲੈ ਆਈ। ਹੁਣ ਉਹਨੇ ਇਹ ਨਹੀਂ ਦੱਸਦੀ ਮੈਂ ਕਿਹਦੇ ਕਿਹਨੂੰ ਦਿੱਤਾ ਸੀ। ਉਹ ਕਹਿੰਦਾ ਵੀ ਪਾਣੀ ਭਰਨ ਉਹਦੇ ਵਿੱਚ ਕੁਛ ਸੀ? ਉਹ ਕਹਿੰਦੀ ਵੀ ਮੈਨੂੰ ਤਾਂ ਨਹੀਂ ਪਤਾ। ਪਹਿਲਾਂ ਰੋਂਦਾ ਕੁਰਲਾਉਂਦਾ, ਫਿਰ ਕੁਝ ਸਮੇਂ ਬਾਅਦ ਸੋਚਦਾ ਵੀ ਜੇ ਪਰਮਾਤਮਾ ਦੀ ਇਹੀ ਰਜ਼ਾ। ਹੁਣ ਉਹ ਕੀ ਕਰਦਾ ਵੀ ਕੁਝ ਸਮੇਂ ਬਾਅਦ ਉੱਠਦਾ, ਕਹਿੰਦਾ ਵੀ ਮੇਰੇ ਘਰ ਸ਼ਾਮ ਨੂੰ ਬੜੇ ਸਾਰੇ ਲੋਕਾਂ ਨੇ ਆਉਣਾ ਅਤੇ ਉਹਨਾਂ ਦੀ ਤਿਆਰੀ ਕੀਤੀ ਜਾਵੇ। ਕਹਿੰਦੇ ਜਦੋਂ ਉਹ ਬੱਕਰੇ ਨੂੰ ਉਹਨੂੰ ਘਰ ਵੱਢਦਾ ਅਤੇ ਕੱਟਦਾ, ਕਹਿੰਦੇ ਵਿੱਚੋਂ ਨਾ ਉਹੀ ਉਹਨੂੰ ਪੋਟਦੀ ਨਿਕਲਦੀ, ਉਹਨੂੰ ਧੋ ਸਵਾਰ ਕੇ ਘਰ ਲਿਆਉਂਦਾ, ਆ ਕੇ ਪੈਸੇ ਗਿਣਦਾ। ਉਨੇ ਹੀ ਹੁੰਦੇ ਨੇ। ਪਰਮਾਤਮਾ ਦਾ ਸ਼ੁਕਰਾਨਾ ਕਰਦਾ ਵੀ ਜੋ ਮੇਰੇ ਕੋਲ ਗਵਾਚਿਆ ਸੀ ਉਹ ਮੇਰੇ ਤੱਕ ਤੁਸੀਂ ਫਿਰ ਪਹੁੰਚਾਤਾ, ਤੁਹਾਡਾ ਬਹੁਤ ਬਹੁਤ ਸ਼ੁਕਰਾਨਾ। ਆਪਣੀ ਘਰਵਾਲੀ ਨੂੰ ਉਹ ਸਾਰੀ ਗੱਲ ਦੱਸਦਾ। ਉਹਦੀ ਘਰਵਾਲੀ ਕਹਿੰਦੀ ਵੀ ਦੇਖ, ਜੇ ਤੇਰੇ ਕੋਲ ਪੈਸਾ ਟਕਾ ਹੈ ਤਾਂ ਉਹਦੇ ਨਾਲ ਤੂੰ ਸਾਡੀਆਂ ਜ਼ਰੂਰਤਾਂ ਵੀ ਪੂਰੀਆਂ ਕਰ, ਲੋਕਾਂ ਦੀਣ ਦੁਖੀਆਂ ਦੀ ਮਦਦ ਵੀ ਕਰ। ਉਹ ਕਹਿੰਦਾ ਕੋਈ ਨਾ, ਮੈਂ ਕਰ ਦੂੰਗਾ। ਇੰਨਾ ਕਹਿ ਕੇ ਤਾਂ ਟਾਲ ਦਿੰਦਾ। ਕਹਿੰਦਾ ਹੁਣ ਨਾ ਹਰ ਸਮੇਂ ਪੈਸਾ ਮੈਂ ਆਪਣੇ ਨਾਲ ਬੰਨ ਕੇ ਰੱਖਿਆ ਕਰੂੰਗਾ। ਉਹਦੀ ਘਰਵਾਲੀ ਕਹਿੰਦੀ ਵੀ ਇੰਨਾ ਲਾਲਚ ਵੀ ਚੰਗਾ ਨਹੀਂ, ਲਾਲਚ ਅੱਖਾਂ 'ਤੇ ਪੱਟੀ ਬੰਨ੍ਹ ਦਿੰਦਾ ਅਤੇ ਸਾਰਾ ਕੁਝ ਖੋ ਲੈਂਦਾ। ਉਹ ਕਹਿੰਦਾ ਮੈਨੂੰ ਤੇਰੇ ਗਿਆਨ ਦੀ ਕੋਈ ਜ਼ਰੂਰਤ ਨਹੀਂ। ਕਹਿੰਦੇ ਖੇਤਾਂ ਦੇ ਕੰਮ ਕਰਨ ਚਲਾ ਜਾਂਦਾ। ਤਿੱਖੜ ਦੁਪਹਿਰ ਦੇ ਦਿਨ ਹੁੰਦੇ ਨੇ। ਕਹਿੰਦੇ ਕੋਲੋਂ ਵੱਡਾ ਸਾਰਾ ਦਰਿਆ ਲੰਘਦਾ, ਪਾਣੀ ਪੀ ਕੇ ਅਤੇ ਉੱਥੇ ਇਸ਼ਨਾਨ ਕਰਨ ਲੱਗਦਾ ਅਤੇ ਪੈਸਿਆਂ ਦੀ ਜਿਹੜੀ ਥੈਲੀ ਹੁੰਦੀ ਹੈ ਇੱਕ ਪਾਸੇ ਰੱਖ ਦਿੰਦਾ। ਕਹਿੰਦੇ ਇਸ਼ਨਾਨ ਕਰਕੇ ਅਤੇ ਘਰ ਆ ਜਾਂਦਾ, ਘਰ ਆ ਕੇ ਅਤੇ ਆਪਣਾ ਖਾਣਾ ਪ੍ਰਸ਼ਾਦਾ ਖਾ ਕੇ ਅਤੇ ਲੰਮੇ ਪੈ ਜਾਂਦਾ। ਇੰਨੇ ਨੂੰ ਕਹਿੰਦੇ ਨਾਲ ਦੇ ਨਗਰ ਦਾ ਇੱਕ ਭੇਡਾਂ ਚਾਰਨ ਵਾਲਾ ਉੱਥੇ ਆ ਕੇ ਆਪਣੀ ਭੇਡਾਂ ਬੱਕਰੀਆਂ ਨੂੰ ਪਾਣੀ ਪਿਆਉਂਦਾ ਅਤੇ ਨਾਲ ਆਪ ਪੀਂਦਾ। ਉਸ ਸਮੇਂ ਉਹਨੂੰ ਉਹ ਪੋਟਲੀ ਲੱਭਦੀ, ਉਹ ਖੋਲ੍ਹ ਕੇ ਦੇਖਦਾ ਅਤੇ ਸੋਨੇ ਦੀਆਂ ਮੁਹਰਾਂ ਹੁੰਦੀਆਂ ਨੇ। ਕਹਿੰਦੇ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਅਤੇ ਔਖੇ ਸਮੇਂ ਲਈ ਉਹਨੂੰ ਰੱਖ ਲੈਂਦਾ। ਘਰ ਲਿਜਾ ਕੇ ਅਤੇ ਕਹਿੰਦਾ ਸੋਚਦਾ ਵੀ ਇਹ ਜਿਹੜੀਆਂ ਮੋਹਰਾਂ ਨੇ ਨਾ, ਅੱਜ ਮੈਂ ਇਹਨਾਂ ਨੂੰ ਘਰ ਲੈ ਜਾਣਾ ਅਤੇ ਘਰ ਲਿਜਾ ਕੇ ਅਤੇ ਇਹਨਾਂ ਨੂੰ ਔਖੇ ਸਮੇਂ ਲਈ ਰੱਖ ਦਾਂਗਾ। ਕਹਿੰਦੇ ਘਰ ਜਾਂਦਿਆਂ ਜਾਂਦਿਆਂ ਹੁਣ ਭੇਡ ਬੱਕਰੀਆਂ ਵਾਹਵਾ ਸਨ, ਸ਼ਾਮ ਹੋ ਗਈ। ਕਹਿੰਦੇ ਜਦੋਂ ਜਾਣ ਦਿਆ ਸੀ ਨਾ ਤਾਂ ਅੱਗੋਂ ਬੜੇ ਸਾਰੇ ਘੋੜਿਆਂ ਦੀ ਟਾਪ ਦੀ ਆਵਾਜ਼ ਆਉਣ ਲੱਗ ਗਈ। ਕਹਿੰਦੇ ਉਦੋਂ ਡਕੈਤ ਪਿਆ ਕਰਦੇ ਸਨ, ਉਹ ਜਿੱਥੇ ਖੜ੍ਹਾ ਸੀ ਉੱਥੇ ਕੋਲ ਖੂਹ ਸੀ, ਉਹਨੇ ਛੇਤੀ ਦੇ ਨਾਲ ਉਹ ਪੋਟਲੀ ਵਿੱਚ ਸੱਟਤੀ। ਕਹਿੰਦਾ ਇੱਥੇ ਕੋਈ ਆਉਂਦਾ ਨਾ ਜਾਂਦਾ, ਬੀਆ ਬਾਂਹ ਨੇ ਸਵੇਰੇ ਆ ਕੇ ਕੱਢ ਲਾਂਗਾ। ਇੰਨਾ ਕਹਿ ਕੇ ਤਾਂ ਚਲਾ ਗਿਆ। ਹੁਣ ਉਹੀ ਕਿਸਾਨ ਆਪਣੇ ਕਿਸੇ ਕੰਮ ਲਈ ਨਾਲ ਦੇ ਨਗਰ 'ਚ ਜਾਂਦਾ। ਰਾਹ 'ਚ ਪਿਆਸ ਲੱਗਦੀ, ਕਹਿੰਦੇ ਉਹ ਖੂਹ 'ਚ ਬਾਲਟੀ ਸੱਟ ਕੇ ਅਤੇ ਪਾਣੀ ਪੀਣ ਲੱਗਦਾ। ਕਹਿੰਦੇ ਜਿਵੇਂ ਬਾਲਟੀ ਸੱਟੀ ਅਤੇ ਕਹਿੰਦੇ ਵਿੱਚੋਂ ਉਹੀ ਜਿਹੜੀ ਮੋਹਰਾਂ ਦੀ ਪੋਟਲੀ ਸੀ ਬਾਹਰ ਆ ਗਈ। ਉਸੇ ਸਮੇਂ ਖੋਲ੍ਹ ਕੇ ਦੇਖੀਆਂ ਅਤੇ ਓਨੀਆਂ ਹੀ ਮੋਹਰਾਂ ਸਨ। ਪਰਮਾਤਮਾ ਦਾ ਸ਼ੁਕਰਾਨਾ ਕਰਦਾ, ਘਰ ਜਾ ਕੇ ਆਪਣੀ ਪਤਨੀ ਨੂੰ ਫਿਰ ਦੱਸਦਾ। ਉਹਦੀ ਪਤਨੀ ਕਹਿੰਦੀ ਪਰਮਾਤਮਾ ਤੈਨੂੰ ਬਾਰ ਬਾਰ ਮੌਕਾ ਦਿੰਦਾ ਪਿਆ, ਤੇਰੇ ਹੱਕ ਅਤੇ ਸੱਚ ਦੀ ਕਮਾਈ ਸੀ ਇਸ ਕਰਕੇ ਤੇਰੇ ਕੋਲ ਵਾਪਸ ਆ ਰਹੀ ਹੈ, ਕਿਉਂਕਿ ਇਮਾਨਦਾਰੀ ਦੀ ਇੱਕ ਵੀ ਪਾਈ ਉਹ ਕਦੀ ਜਾਇਆ ਨਹੀਂ ਜਾਂਦੀ, ਉਹ ਵਾਪਸ ਆ ਜਾਂਦੀ ਹੈ। ਪਰ ਇਹਦੇ ਵਿੱਚੋਂ ਤੂੰ ਦਾਨ ਪੁੰਨ ਜ਼ਰੂਰ ਕਰ ਅਤੇ ਘਰ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰ। ਉਹਨੇ ਉਹਦੇ ਵਿੱਚੋਂ ਕੋਈ ਲਗਭਗ 200 ਮੋਹਰਾਂ ਕੱਢ ਕੇ ਆਪਣੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਅਤੇ ਜੋ ਨਗਰ ਵਿੱਚ ਦੀਨ ਦੁਖੀ ਸਨ ਉਹਨਾਂ ਦੀ ਉਹਨੇ ਮਦਦ ਕੀਤੀ। ਹੁਣ ਲਗਭਗ 100 ਕੁ ਮੋਹਰਾਂ ਉਹਦੇ ਕੋਲ ਰਹਿ ਗਈਆਂ। ਕਹਿੰਦੇ ਉਹੀ ਜਿਹੜਾ ਭੇਡਾਂ ਚਾਰਨ ਵਾਲਾ ਸੀ ਉਸ ਦੀ ਪਤਨੀ ਦਾ ਕੋਈ ਰਿਸ਼ਤੇਦਾਰ ਸੀ, ਉਹ ਤੁਰਦਾ ਤੁਰਦਾ ਉਹਨਾਂ ਦੇ ਘਰ ਆਇਆ। ਉਹਨੂੰ ਕੋਈ ਨਗਰ 'ਚ ਕੰਮ ਸੀ। ਜਦੋਂ ਤੇ ਘਰ ਆਇਆ ਉਹਨੇ ਪ੍ਰਸ਼ਾਦਾ ਪਾਣੀ ਛਕਾਇਆ, ਅਤੇ ਉਸ ਤੋਂ ਬਾਅਦ ਉਹਨੇ ਦੇਖਿਆ ਕਿ ਬੜਾ ਜ਼ਿਆਦਾ ਉਦਾਸ ਹੈ। ਉਹਨੇ ਕਾਰਨ ਪੁੱਛਿਆ। ਉਹਨੇ ਕਿਹਾ ਵੀ ਸਾਰੀ ਜ਼ਿੰਦਗੀ ਭੇਡਾਂ ਚਾਰਦੇ ਕੱਢ ਦਿੱਤੀ ਸੀ, ਪਰ ਪਰਮਾਤਮਾ ਨੇ ਇੱਕ ਬੜਾ ਸੋਹਣਾ ਮੌਕਾ ਦਿੱਤਾ ਸੀ, ਮੈਨੂੰ ਬੜਾ ਸਾਰਾ ਧਨ ਪ੍ਰਾਪਤ ਹੋਇਆ ਸੀ ਅਤੇ ਇਸ ਤਰ੍ਹਾਂ ਮੇਰਾ ਉਹ ਧਨ ਗੁੰਮ ਹੋ ਗਿਆ।
ਉਹ ਆਪਣੀ ਪਤਨੀ ਦੇ ਕੋਲ ਜਾਂਦਾ। ਕਹਿੰਦਾ ਇਸ ਸਮੇਂ ਜਿਹੜਾ ਮੇਰੇ ਕੋਲ ਧਨ ਹੈ ਇਸ ਨੂੰ ਜ਼ਿਆਦਾ ਜ਼ਰੂਰਤ ਹੈ ਅਤੇ ਆਪਾਂ ਇਹਨੂੰ ਦੇ ਦਈਏ। ਉਹਦੀ ਪਤਨੀ ਕਹਿੰਦੀ ਦੇ ਦਿਉ, ਪਰਮਾਤਮਾ ਨੇ ਆਪਾਂ ਨੂੰ ਖੇਤ ਖਲਿਆਣ ਦਿੱਤੇ ਨੇ, ਕੋਈ ਨਾ ਆਪਾਂ ਫਿਰ ਕਮਾ ਲਾਂਗੇ। ਉਹਨੇ ਉਹ ਸਾਰੀ ਜਿਹੜੀ ਸੋ ਉਹਦੇ ਕੋਲ ਮੁੰਦਰਾਂ ਬੱਚੀਆਂ ਸਨ, ਕਹਿ ਲਓ ਸੋਨੇ ਦੀਆਂ, ਉਹਨੂੰ ਦੇ ਦਿੱਤੀਆਂ। ਉਹਨੇ ਲੈ ਕੇ ਅਤੇ ਘਰ ਚਲਾ ਗਿਆ। ਹੁਣ ਸੋਚਦਾ ਵੀ ਇਹਨਾਂ ਨੂੰ ਨਾ ਮੈਂ ਕਦੇ ਵੀ ਦੂਰ ਨਹੀਂ ਕਰਾਂਗਾ। ਉਹ ਭੇਡਾਂ ਚਾਰਨ ਲਈ ਹਮੇਸ਼ਾ ਆਪਣੇ ਕੋਲ ਇੱਕ ਬਾਂਸ ਦਾ ਵੱਡਾ ਸਾਰਾ ਡੰਡਾ ਰੱਖਦਾ ਸੀ। ਉਹਨੇ ਉਹ ਡੰਡੇ ਦੇ ਵਿੱਚੋਂ ਮੋਹਰਾਂ ਪਾ ਕੇ ਅਤੇ ਉੱਤੋਂ ਉਹਨੂੰ ਚੰਗੀ ਤਰ੍ਹਾਂ ਢੱਕ ਕੇ ਅਤੇ ਹਰ ਸਮੇਂ ਨਾਲ ਰੱਖਦਾ। ਕਹਿੰਦੇ ਇੱਕ ਦਿਨ ਭੇਡਾਂ ਚਾਰਦੇ ਚਾਰਦੇ ਦਰਿਆ 'ਤੇ ਪਾਣੀ ਪੀਂਦੇ ਪੀਂਦੇ ਕਹਿੰਦੇ ਭੇਡਾਂ ਵਿੱਚ ਵੜ ਗਈਆਂ। ਭੇਡਾਂ ਨੂੰ ਡੰਡਾ ਮਾਰਦੇ ਮਾਰਦੇ ਕਹਿੰਦੇ ਉਹ ਡੰਡਾ ਪਾਣੀ ਦੇ ਵਿੱਚ ਵਹਿਣ ਲੱਗ ਗਿਆ। ਕਹਿੰਦੇ ਉਹ ਦਰਿਆ ਤੋਂ ਉਸ ਦਿਨ ਕਹਿੰਦੇ ਉਹੀ ਜਿਹੜਾ ਕਿਸਾਨ ਸੀ ਪਾਣੀ ਲਾਉਂਦਿਆ ਸੀ ਅਤੇ ਉਹੀ ਡੰਡਾ ਉਹਦੇ ਖੇਤ ਦੇ ਵਿੱਚ ਆ ਗਿਆ। ਕਹਿੰਦੇ ਉਹਨੇ ਡੰਡਾ ਚੁੱਕਿਆ, ਹੋਰ ਲੱਕੜਾਂ ਚੁੱਕੀਆਂ ਅਤੇ ਘਰ ਬਾਲਣ ਲਈ ਲੈ ਕੇ ਚਲਾ ਗਿਆ। ਕਹਿੰਦੇ 2-4 ਦਿਨ 'ਚੋਂ ਜਦੋਂ ਲੱਕੜਾਂ ਸੁੱਕ ਗਈਆਂ ਅਤੇ ਕਹਿੰਦੇ ਉਹਦੀ ਘਰ ਵਾਲੀ ਜਦੋਂ ਉਹਨੂੰ ਬਾਲਣ ਦੀ ਅਤੇ ਕਹਿੰਦੇ ਵਿੱਚੋਂ ਖਣ ਖਣ ਕਰਕੇ ਉਹ ਸਾਰੀਆਂ ਮੋਹਰਾਂ ਵਾਪਸ ਆ ਗਈਆਂ। ਕਹਿੰਦੇ ਲਗਭਗ 100 ਸੋਨੇ ਦੀਆਂ ਮੋਹਰਾਂ ਜਦੋਂ ਗਿਣੀਆਂ ਉਹਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਵੀ ਪਰਮਾਤਮਾ ਮੈਨੂੰ ਕੋਈ ਘਾਟਾ ਨਹੀਂ ਹੋਇਆ, ਮੈਂ 100 ਦਿੱਤੀਆਂ ਸਨ, ਤੂੰ 100 ਮੇਰੀਆਂ ਫਿਰ ਪੂਰੀਆਂ ਕਰਤਾ। ਕਹਿੰਦੇ ਘੁੰਮਦੇ ਕਮਾਉਂਦੇ ਇੱਕ ਦਿਨ ਫੇਰ ਔਰ ਉਹ ਭੇਡਾਂ ਚਾਰਨ ਵਾਲਾ ਉਹਦੇ ਘਰ ਆਉਂਦਾ। ਕਹਿੰਦੇ ਭੇਡਾਂ ਚਾਰਨ ਵਾਲੇ ਵਾਲੇ ਨੇ ਪ੍ਰਸ਼ਾਦਾ ਪਾਣੀ ਖਾਧਾ ਅਤੇ ਉਸ ਤੋਂ ਬਾਅਦ ਕਹਿੰਦੇ ਫਿਰ ਉਹ ਉੱਥੇ ਉਦਾਸ ਸੀ। ਉਹਨੇ ਫਿਰ ਕਾਰਨ ਪੁੱਛਿਆ, ਉਹਨੇ ਸਾਰੀ ਗੱਲ ਦੱਸਤੀ ਵੀ ਪਹਿਲਾਂ ਮੋਹਰਾਂ ਮਿਲੀਆਂ ਸਨ ਐਵੇਂ ਖੂਹ 'ਚ ਸੱਟੀਆਂ ਅਤੇ ਅਗਲੇ ਦਿਨ ਆਇਆ ਉੱਥੋਂ ਚਲੀਆਂ ਗਈਆਂ, ਫਿਰ ਤੂੰ ਮਦਦ ਕੀਤੀ ਅਤੇ ਕਹਿੰਦੇ ਉਹਨੂੰ ਮੈਂ ਇੱਕ ਡੰਡੇ 'ਚ ਪਾ ਲਈਆਂ ਅਤੇ ਇੱਕ ਦਿਨ ਭੇਡਾਂ ਪਾਣੀ 'ਚ ਵੜ ਗਈਆਂ। ਬਾਹਰ ਕੱਢਦੇ ਕੱਢਦੇ ਦਰਿਆ ਡੂੰਘਾ ਸੀ ਅਤੇ ਕਹਿੰਦੇ ਉਹਨੂੰ ਡੰਡਾ ਮਾਰਿਆ ਅਤੇ ਉਹ ਡੰਡਾ ਵਿੱਚ ਬਹਿ ਕੇ ਚਲਾ ਗਿਆ। ਫਿਰ ਉਹ ਕਿਸਾਨ ਉਹਨੂੰ ਸਾਰੀ ਗੱਲ ਦੱਸਦਾ ਆਪਣੀ ਮੋਹਰਾਂ ਦੀ, ਕਹਿੰਦੇ ਵੀ ਐਵੇਂ ਮੈਂ ਹੀ ਇਹ ਮੋਹਰਾਂ ਮੇਰੇ ਕੋਲ ਚਲੀਆਂ ਗਈਆਂ ਸਨ ਅਤੇ ਘੁੰਮ ਘੁੰਮਾ ਕੇ ਮੇਰੇ ਕੋਲ ਵਾਪਸ ਆ ਗਈਆਂ। ਉਹ ਭੇਡਾਂ ਚਾਰਨ ਵਾਲਾ ਕਹਿੰਦਾ ਚੱਲ ਜਿਹਦਾ ਧਨ ਸੀ ਉਹਦੇ ਕੋਲ ਵਾਪਸ ਆ ਗਿਆ। ਹੁਣ ਉਹ ਕਿਸਾਨ ਕਹਿੰਦਾ ਮੈਂ ਇੱਕ ਗੱਲ ਸਮਝ ਗਿਆ ਕਿ ਤੁਹਾਡੀ ਮਿਹਨਤ ਦਾ ਕੀਤੀ ਹੋਈ ਕਮਾਈ ਦੀ ਪਾਈ ਪਾਈ ਮੁੜ ਕੇ ਤੁਹਾਡੇ ਕੋਲ ਵਾਪਸ ਆ ਜਾਂਦੀ ਹੈ। ਜਦੋਂ ਤੁਸੀਂ ਚੰਗੀ ਨੀਤ ਨਾਲ ਦਾਨ ਪੁੰਨ ਕਰਦੇ ਹੋ ਤਾਂ ਉਹ ਦਾਨ ਪੁੰਨ ਵੱਧ ਕੇ ਤੁਹਾਡੇ ਕੋਲ ਆ ਜਾਂਦਾ। ਕਹਿੰਦੇ ਮੈਂ ਦਾਨ ਪੁੰਨ ਕਰਦਾ ਸੀ ਜਿਸ ਕਾਰਨ ਮੇਰੀ ਖੇਤੀ ਵੀ ਬੜੀ ਸੋਹਣੀ ਹੁੰਦੀ, ਮੇਰੇ ਘਰ ਪਿਆਰ ਅਤੇ ਸਤਿਕਾਰ ਬਣਿਆ ਰਿਹਾ, ਆਪਸੀ ਚੰਗਾ ਮਾਹੌਲ ਬਣਿਆ ਰਿਹਾ। ਕਹਿੰਦੇ ਜੋ ਮੇਰੇ ਕੋਲ ਧਨ ਰਾਸ਼ੀ ਸੀ ਉਹ ਹੀਲੇ ਵਸੀਲੇ ਪਰਮਾਤਮਾ ਨੇ ਮੇਰੇ ਕੋਲ ਪਹੁੰਚਾ ਦਿੱਤੀ। ਇਸ ਲਈ ਹੱਕ ਸੱਚ ਦੀ ਕਮਾਈ ਕਰੋ, ਪਰਮਾਤਮਾ ਉਹ 'ਚ ਬਰਕਤ ਵੀ ਪਾਉਂਦੇ ਨੇ ਅਤੇ ਸ਼ੁਕਰਾਨਾ ਕਰਿਆ ਕਰੋ, ਜੋ ਵੀ ਤੁਹਾਨੂੰ ਦਿੱਤਾ ਸ਼ੁਕਰਾਨਾ ਤੁਹਾਡੇ ਘਰ ਅਮੀਰੀ ਲੈ ਆਵੇਗਾ।